صرنا سيريو سيريو साध संग नानक जस गायो जो प्रभु की अत प्यारी हर कीर्त साध संगत है सिर कर्मन के कर्म ओ नानक दिस पयो प्राप्त जिस पूर्व लिखे का लेना जिस पूर्व लिखे का सागर जोगी जंगम ध्यान तरी आवे गंभीर तीर मत सागर जोगी जंगम ध्यान तरी गावे गंभीर तीर मत सागर जोगी जंगम ध्यान तरे
परम गुरु नानक गुण गावो काज चरण लैर लैर सब गावो गुण परम गुरु सुख सागर दुर्त निवारण शब्द सरी गावे गंभीर तीन मत सागर कोई गावे रागी न दिवे दिवो पात करनी हर हर भीजे राम राजे जिन्ना अंतर कपट विकार है तिन्ना रोई क्या कीजे हर करता सब किस जानदा सिर रोग हाथ दीजे इन नानक गुरमुख हिरदा सुध है हर भगत हर लीजे गावे गंभीर तीर मत सागर योगी जंगम ध्यान करे गावे इंद्राद भगत प्रहलाद आत्म रस जिन जाने कब कल सुजस गावो गुरु नानक राज योग जिन लायक खुदाई बंदे तोड़ ख्याल दुनिया के बंदे हुई मैं खाक फकीर मुसाफर ए दरवेश कबूल दरा परम सत्कार योग गुरु प्यारी गुरु सवारी गुरु की साजी और निवाजी हुई गुरु खालसा सर्वत साध संगत जियो जितने भी गुरमुख साध संगत दास दे समेत गुरु महाराज के पवित्र चरणों में हाजरी भर रहे हो सारे ही फतेह की सांझ पाओ कोई भी रसना वांझी ना रहे गज बज के फतेह बुलाओ जी आखो जी वाहेगुरु जी का खालसा वाहेगुरु जी की फतेह सतगुरु महाराज जी की अपार कृपा हुई है जो ये सत्संग दियाँ अनमोल घड़ियाँ प्राप्त हुई महापुरखों ने कृपा की है क्योंकि ये कोई कीमती वस्तु किड्डी कीमत वस्तु है इस वस्तु की है इसकी सत्संगत की महापुरखों के हिरदे दे विच कितना ही परोपकार आया जो ये सत्संगत क्योंकि संगत दे विच की हुंदा उत्थे अमृत बंडिए सुखिया हर करने संगत दे विच अमृत वरतदा संगत दे विच पहुंच के संगत दे की कुछ खुशियां आनंद मिलता है कहन सुन तो परे दी गल है समझ विच नहीं आउण वाली दसण वाली बोलण वाली भी गल नहीं है की कुछ मिल सकता संगत दे विच आके जे आपा मनसा धार जो करते आवे साध संगत जन्म मरण मिटा
ਜਨਮ ਮਰਨ ਹੀ ਮਿਟ ਜਾਂਦਾ ਹੈ ਸੰਗਤ ਦੇ ਵਿੱਚ ਆਉਣ ਕਰਕੇ। ਸੰਗਤ ਦੇ ਵਿੱਚੋਂ ਸੱਦਾ ਆਉਣਾ, ਹੁਕਮ ਆਉਣਾ, ਕਿੱਡੇ ਭਾਗ ਖੁੱਲ੍ਹ ਜਾਂਦੇ ਨੇ ਇਨਸਾਨ ਦੀ ਜ਼ਿੰਦਗੀ ਦੇ, ਕਿਤਨੇ ਦੁਰਲੱਭ ਪਲ ਛਿੰਨ ਹੁੰਦੇ ਨੇ, ਕਿੰਨਾ ਇਹ ਕੰਮ ਸਮਾਂ ਥੋੜ੍ਹਾ ਹੁੰਦਾ ਹੈ। ਅਤੇ ਇਸ ਸਮੇਂ ਨੇ ਕੀ ਬਖਸ਼ ਦੇਣਾ ਹੈ ਇਹ ਕਹਿਣ ਸੁਣਨ ਤੋਂ ਪਰੇ ਦੀ ਗੱਲ ਹੈ। ਸਤਿਕਾਰਯੋਗ ਬਾਬਾ ਸ੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ, ਮਹਾਂਪੁਰਸ਼ ਡਾਂਗੋ ਵਾਲੇ, ਪ੍ਰੇਮ ਵੀ ਮਹਾਂਪੁਰਸ਼ਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਹੈ। ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਗੁੱਜਰਵਾਲ ਵਾਲੇ ਮਹਾਂਪੁਰਖ ਪਹੁੰਚੇ ਹੋਏ ਨੇ। ਉਹਨਾਂ ਮਹਾਂਪੁਰਖਾਂ ਦੀ ਪਵਿੱਤਰ ਰਚਨਾ ਤੋਂ ਆਪਾਂ ਸਾਰਿਆਂ ਨੇ ਮਹਾਰਾਜ ਦਾ ਜਸ ਵਡਿਆਈ ਸਰਵਣ ਕਰਨੀ ਹੈ। ਬਾਬਾ ਜੀ ਦਾ ਬਚਨ ਹੋਇਆ, ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ, ਪਰਮ ਸਤਿਕਾਰਯੋਗ ਪਰਮ ਪੂਜੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਮਹਾਂਪੁਰਖ, ਅਤੇ ਸ੍ਰੀਮਾਨ ਸੰਤ ਬਾਬਾ ਮੀਹਾਂ ਸਿੰਘ ਜੀ ਮਹਾਰਾਜ ਸਿਆੜ ਵਾਲੇ, ਇਹਨਾਂ ਮਹਾਂਪੁਰਖਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਮਹਾਂਪੁਰਖ ਸੰਗਤਾਂ ਦੇ ਨਾਲ ਰਲ ਮਿਲ ਕੇ ਬੜੇ ਪਿਆਰ ਸ਼ਰਧਾ ਦੇ ਨਾਲ ਜਪ ਤਪ ਸਮਾਗਮ ਕਰਕੇ ਆਪਣਾ ਔਰ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਕਲਿਆਣ ਕਰ ਰਹੇ ਹਨ। ਪਰ ਉਪਕਾਰ ਇਹੀ ਮਹਾਂਪੁਰਖਾਂ ਦਾ ਹੁੰਦਾ ਹੈ। ਜੇ ਆਪਾਂ ਪੜ੍ਹਦੇ ਹਾਂ ਨਾ, ਆਪ ਜਪੇ ਅਵਰੇ ਨਾਮ ਜਪਾਵੇ, ਆਪਾਂ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਆਏ ਹਾਂ, ਬਾਬਾ ਜੀ ਜਾਪ ਕਰਾ ਰਹੇ ਸੀ ਸਤਨਾਮ ਵਾਹਿਗੁਰੂ ਦਾ, ਸੰਗਤ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ, ਜਿਹੜਾ ਕਬੀਰ ਏਕ ਘਰੀ ਆਧੀ ਘਰੀ ਆਧੀ ਹੁੰਦੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ, ਭਾਵੇਂ ਸਮਾਂ ਦੋ ਮਿੰਟ ਦਾ ਹੀ ਹੋਵੇ, ਇੱਕ ਮਿੰਟ ਦਾ ਹੀ ਹੋਵੇ, ਇੱਕ ਸੈਕਿੰਡ ਦਾ ਹੀ, ਛਿੰਨ ਦਾ ਹੀ ਹੋਵੇ, ਸਹਿਣੀ ਬਹੁਤ। ਮਹਾਰਾਜ ਕਹਿੰਦੇ ਏਕ ਛਿੰਨ ਜੇ ਇੱਕ ਚੀਤ ਤੇ ਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਇੱਕ ਸੈਣੀ ਮਹਾਰਾਜ ਮਹਾਂਪੁਰਖਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਨਾਲ ਜੁੜ ਜਾਵੇ, ਕਿਉਂਕਿ ਜੇ ਸੰਗਤ ਕਰਨੀ ਹੈ ਤਾਂ ਸਾਧੂ ਦੀ ਵੀ ਜ਼ਰੂਰਤ ਹੈ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਪਸ਼ਟ ਕਿਹਾ, ਸਾਧੂ ਜਿਸ ਨੇ ਆਪਣੇ ਮਨ ਨੂੰ ਸਾਧਿਆ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਅਰਾਧਿਆ ਹੈ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁੱਖੰਗ ਯੁਕਤ ਨਿਰਮਲ ਨਿਰਵੈਰਣ ਹੈ, ਦਿਆਲੰਗ ਸਰਵੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ੰ ਸਮ ਮਿੱਤਰ ਸਤਰੇ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੇ ਆਪ ਤਿਆਗ ਸਗਲ ਰੇਣਕ ਹੈ, ਖੱਟ ਲਖਣੰਗ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਕਿਉਂਕਿ ਮਹਾਰਾਜ ਨੇ ਇਸ ਪੰਕਤੀਆਂ ਦੇ ਵਿੱਚ ਸਾਧੂ ਦੱਸਿਆ ਵੀ ਕੈਸਾ ਹੁੰਦਾ, ਜਿਸ ਦੇ ਵਿੱਚ ਇਹ ਛੇ ਲੱਛਣ ਹੁੰਦੇ ਆ, ਉਸ ਨੂੰ ਪੂਰਨ ਸਾਧੂ ਕਿਹਾ ਜਾਂਦਾ। ਕਿੰਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਨੇ ਨਾਮ ਜਪਣਾ, ਕਿਰਤ ਕਰਨੀ, ਪਰਮੇਸ਼ਰ ਦੀ ਬੰਦਗੀ ਕਰਨੀ, ਕਿਉਂਕਿ ਬੰਦਗੀ ਕਰਨ ਦੇ ਲਈ ਪਰਮੇਸ਼ਰ ਦਾ ਨਾਮ ਜਪਣ ਦੇ ਲਈ ਇਹ ਮਨੁੱਖਾ ਜਨਮ ਦੁਰਲੱਭ ਹੈ। ਬੰਦਗੀ ਹਰ ਕਿਸੇ ਦੇ ਲੇਖੇ ਵਿੱਚ ਨਹੀਂ ਆਉਂਦੀ,
ਭਾਗਾਂ ਵਾਲਿਆਂ ਦੇ ਲੇਖੇ ਵਿੱਚ ਆਉਂਦੀ ਆ। ਘੜੀਆਂ ਵੀ ਹਰ ਕਿਸੇ ਦੇ ਲੇਖੇ ਵਿੱਚ ਨਹੀਂ ਆਉਂਦੀਆਂ, ਸਤਸੰਗ ਦੀਆਂ ਕਰਮਾਂ ਭਾਗਾਂ ਵਾਲਿਆਂ ਦੇ ਲੇਖੇ ਵਿੱਚ ਆਉਂਦੀਆਂ, ਕਿਉਂਕਿ ਗੁਰਬਾਣੀ ਦਾ ਇੱਕ ਅੱਖਰ ਵੀ, ਗੁਰਬਾਣੀ ਦੀ ਇੱਕ ਵਿਚਾਰ ਵੀ ਮਨ ਦੇ ਵਿੱਚ ਵੱਸ ਗਈ, ਸਾਡਾ ਜੀਵਨ ਸਫਲਾ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਲਈ ਮਹਾਂਪੁਰਸ਼ ਇਹ ਬਾਣੀ ਦੇ ਭੰਡਾਰੇ ਵਰਤਾਉਣ ਦੇ ਲਈ ਐਸੇ ਸਮਾਗਮ ਕਰਦੇ। ਬਾਣੀ ਦਾ ਭੰਡਾਰਾ, ਗੁਰਬਾਣੀ ਕੀਰਤਨ ਦਾ, ਗੁਰਬਾਣੀ ਦਾ ਆਨੰਦ ਹੈ। ਅੱਜ ਜਿੱਥੇ ਆਪਾਂ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹਾਂ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਅਵਤਾਰ ਪੁਰਬ ਵੀ ਹੈ, 529ਵਾਂ ਮਹਾਂਪੁਰਖ। ਰੱਬ ਦੇ ਪਿਆਰੇ ਜੰਮਣ ਮਰਨ ਦੇ ਵਿੱਚ ਨਹੀਂ ਹੁੰਦੇ। ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਭਵਨ ਸੁਨਮ ਸੁਨੰਗ ਚੌਥੇ ਸੁਨੇ ਜੋ ਨਰ ਜਾਣੇ ਤਾ ਕੋ ਪਾਪ ਨਾ ਪੁੰਨੰਗ। ਘੱਟ ਘੱਟ ਸੁਨਕਾ ਜਾਣੇ ਪਿਓ ਆਦਿ ਪੁਰਖ ਨਿਰੰਜਨ ਦਿਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ। ਸੁਨੋ ਸੁਨ ਕਹੇ ਸਭ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ ਰੱਤੀ ਸੀ ਕੈਸੇ ਜਿਸ ਤੇ ਉਪਜੇ ਤਿਸਹੀ ਜੈਸੇ। ਓਏ ਜਨਮ ਨਾ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਮਨ ਸਮਝਾਏ। ਮਹਾਰਾਜ ਕਹਿੰਦੇ ਜੋ ਸਾਧੂ ਹੁੰਦੇ ਨੇ ਨਾ ਉਹ ਜੰਮਦੇ ਨੇ ਤੇ ਨਾ ਉਹ ਮਰਦੇ ਨੇ। ਬੜੇ ਪਿਆਰ ਦੇ ਨਾਲ ਫਿਰ ਮਹਾਂਪੁਰਖਾਂ ਤੋਂ ਆਪਾਂ ਸਰਵਣ ਕਰਨਾ ਹੈ ਜਸ। ਇਹਨਾਂ ਮਹਾਂਪੁਰਖਾਂ ਦੇ ਦੀਵਾਨ ਸੁਣ ਸੁਣ ਕੇ, ਕੀਰਤਨ ਸੁਣ ਸੁਣ ਕੇ ਅੱਜ ਦੇ ਗੁਰੂ ਸਤਸੰਗਤ ਦਾ ਫਲ ਹੈ। ਬਚਪਨ ਤੋਂ ਹੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਗੁੱਜਰਵਾਲ ਵਾਲੇ ਮਹਾਂਪੁਰਖ ਸਾਡੇ ਨਗਰਾਂ ਦੇ ਵਿੱਚ ਕੀਰਤਨ ਦੀਵਾਨ ਸਜਾਉਂਦੇ ਹੁੰਦੇ। ਇਹ ਇਹਨਾਂ ਮਹਾਂਪੁਰਖਾਂ ਦੇ, ਦੇਖੋ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਵੱਸ ਜਾਵੇ ਤੇ ਦੇਖੋ ਕਿੱਡਾ ਫਾਇਦਾ ਹੋ ਜਾਂਦਾ, ਫਲ ਮਿਲ ਜਾਂਦਾ। ਅਸੀਂ ਅੱਜ ਕੀਰਤਨ ਕਰਦੇ ਹਾਂ ਸਟੇਜਾਂ ਦੇ ਉੱਪਰ, ਪਰ ਉਹ ਸਮਾਂ ਸੀ ਜਦੋਂ ਬਾਲਕ ਰੂਪ ਦੇ ਵਿੱਚ ਮਹਾਂਪੁਰਖਾਂ ਦੇ ਮੁੱਖ ਪਵਿੱਤਰ ਮੁੱਖ ਤੋਂ ਗੁਰਬਾਣੀ ਦਾ ਕੀਰਤਨ ਸੁਣਨੀ ਹੈ, ਸੁਣਨਾ ਗੁਰਬਾਣੀ ਦੀਆਂ ਧਾਰਨਾ ਸੁਣਨੀਆਂ। ਅਤੇ ਅੱਜ ਕਿਰਪਾ ਹੋਈ, ਉਹ ਸਤਸੰਗ ਦਾ ਫਲ ਮਿਲਿਆ ਹੋਇਆ ਕਿ ਕੀਰਤਨ ਦੀਆਂ ਦਾਤਾਂ ਪ੍ਰਾਪਤ ਹੋ ਗਈਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਸੰਗਤ ਦੇ ਵਿੱਚ ਆ ਕੇ ਕੀ ਕੁਛ ਮਿਲ ਸਕਦਾ, ਇਹ ਕਹਿਣ ਸੁਣਨ ਦੀ ਗੱਲ ਨਹੀਂ ਹੈ, ਪਰ ਜੇ ਮਨ ਚ ਦਿਲਾ ਕੇ ਹੋ ਜੇ। ਆਓ ਪਿਆਰ ਦੇ ਨਾਲ ਗੱਜ ਵੱਜ ਕੇ ਇੱਕ ਧਾਰਨਾ ਪੜ੍ਹਨੀ, ਉਸ ਤੋਂ ਬਾਅਦ ਮਹਾਂਪੁਰਖਾਂ ਦੀ ਪਵਿੱਤਰ ਰਚਨਾ ਤੋਂ ਆਪਾਂ ਵਿਚਾਰਾਂ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ, ਇਤਨੀ ਕੁ ਹਾਜ਼ਰੀ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵੇ। ਬੜਿਓ ਪਿਆਰ ਦੇ ਨਾਲ ਸਾਰੀਆਂ ਸਤਸੰਗ ਕਰ ਲੈ ਮਨਾ ਚਿਤ ਲਾ ਕੇ ਸੰਗਤ ਮਿਲਾ ਦੋ ਕੜੀਆਂ। ਮੇਰਾ
वाहेगुरु जी की फतेह।